بسم اللہ الرحمن الرحیم السلام علیکم تو جی میرے ਕਿਸਾਨ بھائیو دیکھو میرے سامنے ਤੁਸੀਂ بیٹی ਕਾਟਣ ਦੀ ਫਸਲ ਦੇਖ ਰਹੇ ਹੋ ਦੇਖੋ ਨਾ ਤਾਂ ਮੈਂ ਕੋਈ ਪੈਸਟਿਸਾਈਡ ਦਾ ਬੰਦਾ ਹਾਂ ਔਰ ਨਾ ਮੈਂ ਕੋਈ ਸੀਡ ਵਾਲਾ ਬੰਦਾ ਕਿ ਮੈਂ ਇਹ ਸੀਡ ਵੇਚਣਾ ਮੈਂ ਅਗਰ ਵੀਡੀਓ ਬਣਾਉਣਾ ਤਾਂ ਸਿਰਫ ਕਿਸਾਨਾਂ ਦੀ ਖਲਾਹੂ ਬਿਹੂਦ ਲਈ ਬਣਾਉਨੇ ਆ ਕਿ ਉਹਨਾਂ ਦੇ ਨਾਲ ਵਿੱਚ ਥੋੜਾ ਜਿਹਾ ਆਜ਼ਾਫਾ ਹੋ ਜੇ ਕਿ ਫਾਰਮਰ ਪਹਿਲੇ ਹੀ ਨਾ ਬਹੁਤ ਤਜਬਜਬ ਦਾ ਸ਼ਿਕਾਰ ਆ ਕਿ ਆ ਆਸਾਂ ਨੂੰ ਬੀਟੀ ਕਾਰਟਨ ਦੀ ਫਸਲ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ ਦੇਖੋ ਆ ਨਾ ਮਾਰਚ ਦਾ ਆਸ਼ਤਾ ਵਾ 1 ਮਾਰਚ ਨੂੰ ਵਿਕਾਸ਼ਤ ਹੋਈ ਸੀਗੀ ਤੇ ਚੁਣਾਈਆਂ ਇਹਦੀਆਂ ਜਿਹੜੀਆਂ ਨਾ ਉਹ ਜਾਰੀ ਰਹੀਆਂ ਵਾ ਪੈਸਟ ਦੇ ਪ੍ਰੋਬਲਮ ਵੀ ਆਉਂਦੇ ਰਹੇ ਆ ਮਾਮਲੇ ਚੱਲਦੇ ਰਹੇ ਆ ਲੇਕਿਨ ਗੱਲ ਕਰਨ ਦਾ ਮੇਰਾ ਮਕਸਦ ਇਹ ਹੋਊਗਾ ਕਿ ਫਸਲ ਨੂੰ ਨਾ ਇਸ ਨੂੰ ਛੱਡਣਾ ਨਹੀਂਗਾ ਅਗਰ ਥੋੜੀ ਜੀ ਇਹਦੀ ਮੈਨੇਜਮੈਂਟ ਅੱਛੇ ਤਰੀਕੇ ਨਾਲ ਅਸੀਂ ਕਰ ਲਈਏ ਇਹਨੂੰ ਟਾਈਮਲੀ ਅਸੀਂ ਪਾਣੀ ਦੇ ਦਈਏ ਟਾਈਮਲੀ ਅਸੀਂ ਇਹਨੂੰ ਪੈਸਟੀਸਾਈਡ ਦਈਏ ਜੋ ਇਹ ਮੰਗਦੀ ਹੈ ਔਰ ਟਾਈਮਲੀ ਅਸੀਂ ਇਹਨੂੰ ਨਾ ਇਹਦੇ ਜਿਹੜੇ ਮਾਮਲਾਤਾ ਲਾਗਵਿਹਾਰ ਉਹ ਸਾਰੇ ਪੂਰੇ ਕਰ ਲਈਏ ਤੇ ਫਿਰ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚੋਂ ਅੱਲਾਹ ਤਾਲਾ ਰੋਜ਼ੀ ਦਿੰਦਾ ਵਾ ਕਿਸਾਨ ਨੂੰ ਔਰ ਬਰਕਤ ਵਾਲੀ ਫਸਲ ਆ ਨਕਦ ਆਵਰ ਫਸਲ ਆ ਇੰਟਰਨੈਸ਼ਨਲ ਫਸਲ ਆ ਤੇ ਰੇਟ الحمدللہ ਇਸ سال ਫਿਰ ਵੀ ਕੁਛ ਬਿਹਤਰ ਜਿਹੜਾ ਨਾ ਉਹ ਰਹਿ ਗਿਆ ਤੇ ਗੱਲ ਦਾ ਮਕਸਦਾ ਕਿ ਆਇੰਦਾ ਸਾਲ ਵਾਸਤੇ ਤਿਆਰੀ ਕਰੋ ਗੰਧਮ ਜਿਹੜੀ ਆ ਉਸ ਨੂੰ ਸੋਚ ਸਮਝ ਕੇ ਲਗਾਓ ਆਪਣੀ ਜ਼ਰੂਰਤ ਦੇ ਮੁਤਾਬਕ ਲਗਾਓ ਮਤਬادل ਫਸਲਾਂ ਹੈਗੀਆਂ ਵਾ ਸੁਪਰ ਆਇਆ ਵਾ ਕਨੋਲਾ ਵਾ ਇਹ ਸਾਰੀਆਂ ਚੀਜ਼ਾਂ ਵਾ ਇਹ ਲਾ ਕੇ ਅਸੀਂ ਇਤ ਤੋਂ ਬਾਅਦ ਨਾ ਇਹ ਬੀਟੀ ਕਾਟਣ ਦੀ ਫਸਲ ਨੂੰ ਅਸੀਂ ਲਾ ਸਕਦੇ ਹਾਂ ਤੇ ਸਾਡੇ ਕੋ ਅੱਗੇ ਨਾ ਦੋ ਆਪਸ਼ਨ ਆ بیਟੀ ਕਾਟਨ ਔਰ ਬਹਾਰੀਆ ਮਕਈ ਜ਼ਿਆਦਾ ਨਹੀਂ ਤੇ ਥੋੜੀ ਲਾਜ਼ਮਨ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਵਾਂ ਕਿ ਇੱਕ 5 ਏਕੜੀਆਂ 10 ਏਕੜ ਦਾ ਕਿਸਾਨ ਆ ਨਾ ਤੋ ਆਪਣੇ ਰਕਬੇ ਨੂੰ ਡਿਵਾਈਡ ਕਰਕੇ ਨਾ ਬਹਾਰੀਆ ਮਕਈ ਵੀ ਲਗਾਵੇ ਔਰ ਕਪਾਹ ਵੀ بیਟੀ ਕਾਟਨ ਵੀ لازمی ਲਾਵੇ ਤੇ ਸੀਡ ਸੋਚ ਸਮਝ ਕੇ ਹੋਣੀ ਵਿਜ਼ਿਟ ਕਰ ਲੋ ਸੀਡ ਜਿਹੜਾ ਵਾ ਉਸ ਨੂੰ ਵੀ ਹੈਂਡ ਓਵਰ ਕਰੋ ਔਰ ਰਕਬੇ ਜਿਹੜੇ ਆ ਉਹਨਾਂ ਦੀ ਵੀ ਹੀ ਉਹਨਾਂ ਨੂੰ ਵੀ ਮੈਂਸ਼ਨ ਕਰੋ ਨਿਸ਼ਾਨਦੇਹੀ ਕਰੋ ਰਕਬਿਆਂ ਦੀ ਔਰ ਪੂਰੀ ਤਰ੍ਹਾਂ ਮਿਹਨਤ ਕਰਕੇ ਲਾਓ ਤੇ ਅੱਲਾਹ ਤਾਲਾ ਜਿਹੜਾ ਨਾ ਜੀ ਉਹ ਇਹਦੇ ਚ ਬਰਕਤ ਪਾਊਗਾ ਔਰ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਹਰ ਕਿਸਾਨ ਦੇ ਮਾਮਲੇ ਜਿਹੜੇ ਆ ਨਾ ਆਸਾਨ ਫਰਮਾਵੇ ਲਓ ਜੀ ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹਨੇ ਜੀ ਅੱਲਾਹ ਹਾਫਿਜ਼